ਕੋਈ ਇਲੀਗਲ ਜੇ ਕੋਈ ਫੜਿਆ ਜਾਂਦਾ ਤਾਂ ਉਹਦੇ ਉੱਤੇ ਕਾਰਵਾਈ ਹੋਊਗੀ ਨਹੀਂ ਦੋ ਨੰਬਰ ਦੇ ਵਿੱਚ ਉੱਥੇ ਕਾਰਵਾਈ ਕਰਾਂਗੇ ਬਗਾਨੇ ਮੁਲਕ 'ਚ ਪੰਗੇ ਲੈਣ ਵਾਲਾ ਕੰਮ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਸਤੇ ਜਿੰਨੀ ਇਨਫੋਰਮੇਸ਼ਨ ਆ ਸਾਰੀ ਦਵਾਂਗੇ ਗੱਲ ਇਹ ਹੈ ਕਿ ਪਿੱਛੇ ਜੇ ਅਸੀਂ ਕਰਤਾਰਪੁਰ ਸਾਹਿਬ ਗਏ ਸੀ ਅੱਜ ਤੋਂ ਹਫ਼ਤਾ ਪਹਿਲਾਂ ਲਾ ਲਓ ਅਤੇ ਉਹਦੇ ਵਿੱਚ ਨਾ ਅਸੀਂ ਫੁੱਲ ਡਿਟੇਲ ਆਪਣੇ ਵੀਡੀਓ ਬਣਾਈਆਂ ਸੀ ਵੀ ਕਿਵੇਂ ਤੁਸੀਂ ਆ ਸਕਦੇ ਹੋ ਕਿਵੇਂ ਜਾ ਸਕਦੇ ਹੋ ਕੀ ਹਿਸਾਬ ਦਾ ਵੇ ਟੂ ਜੈਡ ਇਨਫੋਰਮੇਸ਼ਨ ਦਿੱਤੀ ਸੀ ਪਰ ਫਿਰ ਵੀ ਬਹੁਤ ਲੋਕਾਂ ਦੇ ਕਮੈਂਟ ਆਏ ਸੀ ਵੀ ਭਾਈ ਸਾਨੂੰ ਆਹ ਚੀਜ਼ ਦੱਸੋ ਆਹ ਚੀਜ਼ ਦੱਸੋ ਤਾਂ ਕਰਕੇ ਨਾ ਮੈਂ ਇੱਕ ਫੁੱਲ ਡਿਟੇਲ ਵੀਡੀਓ ਬਣਾ ਰਿਹਾ ਜਿਹਦੇ ਨਾਲ ਤੁਹਾਨੂੰ ਆ 5-7 ਮਿੰਟ ਦੀ 10 ਮਿੰਟ ਦੀ ਵੀਡੀਓ ਤੁਸੀਂ ਸੁਣ ਲਓਗੇ ਤਾਂ ਕਰਤਾਰਪੁਰ ਸਾਹਿਬ ਦੀ ਵੀਡੀਓ ਬਾਰੇ ਜਾਂ ਕਰਤਾਰਪੁਰ ਸਾਹਿਬ ਜਾਣ ਵਾਸਤੇ ਤੁਹਾਨੂੰ ਏ ਟੂ ਜੈਡ ਗੱਲ ਕਲੀਅਰ ਹੋ ਜੂਗੀ ਠੀਕ ਆ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਸ਼ੁਰੂ ਕਰ ਦਿੰਦੇ ਹਾਂ ਸਭ ਤੋਂ ਪਹਿਲੀ ਗੱਲ ਆ ਕਰਤਾਰਪੁਰ ਸਾਹਿਬ ਜਾਣ ਵਾਸਤੇ ਕਿ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਆ ਠੀਕ ਆ ਬਹੁਤ ਲੋਕਾਂ ਦੇ ਕਮੈਂਟ ਆ ਰਹੇ ਨੇ ਬਿਨਾਂ ਪਾਸਪੋਰਟ ਤੋਂ ਵੀ ਜਾ ਸਕਦੇ ਹਾਂ ਨਹੀਂ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਇੱਕ ਬਾਈ ਦਾ ਮੈਨੂੰ ਕੱਲ੍ਹ ਫੋਨ ਵੀ ਆਇਆ ਸੀ ਇੰਸਟਾਗ੍ਰਾਮ ਦੇ ਉੱਤੇ ਉਹਨੇ ਕਿਹਾ ਸੀ ਕਿ ਪਾਸਪੋਰਟ 'ਤੇ ਮੋਹਰ ਤਾਂ ਨਹੀਂ ਲੱਗਦੀ ਦੂਜੀ ਗੱਲ ਇਹ ਹੈ ਕਿ ਪਾਸਪੋਰਟ ਦੇ ਉੱਤੇ ਮੋਹਰ ਨਹੀਂ ਲੱਗਦੀ ਠੀਕ ਆ ਪਾਸਪੋਰਟ ਤੁਹਾਡਾ ਜਿਹੜਾ ਹੈਗਾ ਨਾ ਉੱਧਰਲੀ ਕੰਟਰੀ ਵਾਲੇ ਮਤਲਬ ਪਾਕਿਸਤਾਨ ਵਾਲੇ ਉਹਨੂੰ ਪਰੂਫ ਮੰਨਦੇ ਨੇ ਵੀ ਹਾਂ ਤੁਸੀਂ ਇੰਡੀਅਨ ਹੋ ਕਿਉਂਕਿ ਆਪਣੇ ਆਧਾਰ ਕਾਰਡ ਜਿਹੜੇ ਹੈਗੇ ਨੇ ਜਾਂ ਵੋਟਰ ਕਾਰਡ ਨੇ ਜਾਂ ਲਾਇਸੈਂਸ ਨੇ ਉਹ ਸਾਰੇ ਇੰਡੀਅਨ ਪਰੂਫ ਨੇ ਪਾਕਿਸਤਾਨ ਨੂੰ ਪਰੂਫ ਦੇਣ ਵਾਸਤੇ ਤੁਹਾਨੂੰ ਆਪਦਾ ਪਾਸਪੋਰਟ ਚਾਹੀਦਾ ਹੀ ਚਾਹੀਦਾ ਤਾਂ ਕਰਕੇ ਪਾਸਪੋਰਟ ਜ਼ਰੂਰੀ ਆ ਪਰ ਪਾਸਪੋਰਟ 'ਤੇ ਮੋਹਰ ਨਹੀਂ ਲੱਗਦੀ ਠੀਕ ਆ ਜੀ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਨਲਾਈਨ ਫਾਰਮ ਭਰਦੇ ਹੋ ਨਾ 550 ਸਾਲਾ ਪ੍ਰਕਾਸ਼ ਪੁਰਬ ਦੀ .com ਦੀ ਮਤਲਬ ਆਪਣੀ ਵੈਬਸਾਈਟ ਆ ਉਹਦੇ ਉੱਤੇ ਜਦੋਂ ਤੁਸੀਂ ਫਾਰਮ ਭਰਦੇ ਹੋ ਫਾਰਮ ਭਰਨ ਤੋਂ ਬਾਅਦ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਜੀ ਪੁਲਿਸ ਵੈਰੀਫਿਕੇਸ਼ਨ ਹੋਣ ਵਾਸਤੇ ਤੁਹਾਨੂੰ ਥਾਣੇ 'ਚ ਜਾ ਕੇ ਜਿਹੜੀ ਅੱਜ ਕੱਲ੍ਹ ਨਵੀਂ ਹੋ ਰਹੀ ਹੈ ਉਹਦੇ ਵਿੱਚ ਤੁਹਾਨੂੰ ਆਪ ਥਾਣੇ ਜਾਣਾ ਪਊਗਾ ਪੁਲਿਸ ਵੈਰੀਫਿਕੇਸ਼ਨ ਵਾਸਤੇ ਤੁਹਾਡੇ ਆਧਾਰ ਕਾਰਡ ਲੱਗੂਗਾ ਨਾਲ ਅਤੇ ਇੱਕ ਜਾ ਕੇ ਉੱਥੇ ਫਾਰਮ ਭਰਨਾ ਪੈਂਦਾ ਹੁੰਦਾ ਠੀਕ ਆ ਜੀ ਅਤੇ ਦੋ ਤੁਹਾਡੇ ਗੁਆਂਢੀ ਚਾਹੀਦੇ ਨੇ ਉਹਨਾਂ ਦੇ ਆਧਾਰ ਕਾਰਡ ਚਾਹੀਦੇ ਨੇ ਅਤੇ ਉਹਨਾਂ ਦੇ ਸਾਈਨ ਚਾਹੀਦੇ ਨੇ ਉਹ ਤੁਹਾਨੂੰ ਨਾਲ ਲਿਜਾਣੇ ਪੈਣਗੇ ਠੀਕ ਆ ਪੁਲਿਸ ਵੈਰੀਫਿਕੇਸ਼ਨ ਆਨਲਾਈਨ ਹੋ ਜਾਂਦੀ ਆ ਉਹ ਅਪਡੇਟ ਕਰ ਦੇਣਗੇ ਆਪਣੇ ਆਪ ਉਹ ਆਨਲਾਈਨ ਕਰ ਦੇਣਗੇ ਤੁਹਾਨੂੰ ਤਾਂ ਜਾਣਾ ਹੀ ਪੈਣਾ ਉੱਥੇ ਆਪਣੇ ਥਾਣੇ 'ਚ ਠੀਕ ਆ ਤੀਜੀ ਗੱਲ ਕੀ ਆ ਕਿ ਜਦੋਂ ਤੁਸੀਂ ਫਾਰਮ ਭਰਤਾ ਤੁਹਾਨੂੰ ਉਹਦੇ ਵਾਸਤੇ ਨਾ ਇੱਕ ਮੈਸੇਜ ਆਊਗਾ ਮੰਨ ਲਓ ਤੁਸੀਂ 10 ਤਰੀਕ ਦਾ ਫਾਰਮ ਭਰਿਆ ਤੁਸੀਂ 10 ਤਰੀਕ ਨੂੰ ਜਾਣਾ ਚਾਹੁੰਦੇ ਹੋ ਤੁਹਾਨੂੰ 5, 6, ਜਾਂ 7 ਤਰੀਕ ਦੇ ਨੇੜੇ ਤੇੜੇ ਜਾਓ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਤੁਹਾਨੂੰ ਮੈਸੇਜ ਆਊਗਾ ਕਿ ਤੁਹਾਡੀ ਭਾਈ ਟਿਕਟ ਜਿਹੜੀ ਹੈਗੀ ਆ ਕਨਫਰਮ ਹੋ ਗਈ ਆ ਉਹ ਕਨਫਰਮ ਜਦੋਂ ਹੋ ਗਈ ਟਿਕਟ ਤਾਂ ਤੁਸੀਂ ਕੀ ਕਰਨਾ ਮੈਸੇਜ ਆਊਗਾ ਨਾ ਮੈਸੇਜ ਦੇ ਵਿੱਚ ਇੱਕ ਲਿੰਕ ਲਿਖਿਆ ਹੋਊਗਾ ਉਹ ਲਿੰਕ 'ਤੇ ਕਲਿੱਕ ਕਰੋਗੇ ਉੱਥੇ ਤੁਹਾਡਾ ਪਾਸਪੋਰਟ ਉੱਥੇ ਤੁਹਾਡੇ ਇੱਕ ਪੇਜ ਖੁੱਲ੍ਹ ਜੂਗਾ ਪੇਜ ਦੇ ਉੱਤੇ ਆਪਦਾ ਪਾਸਪੋਰਟ ਨੰਬਰ ਭਰੋ ਠੀਕ ਆ ਇੱਕ ਰਜਿਸਟ੍ਰੇਸ਼ਨ ਨੰਬਰ ਹੁੰਦਾ ਜਿਹੜਾ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਦਾ ਫਾਰਮ ਭਰੋਗੇ ਉਹਦੇ ਨਾਲ ਮਿਲਦਾ ਉਹ ਠੀਕ ਆ ਫਾਰਮ ਭਰਨ ਤੋਂ ਬਾਅਦ ਪਾਸਪੋਰਟ ਨੰਬਰ ਰਜਿਸਟ੍ਰੇਸ਼ਨ ਨੰਬਰ ਭਰ ਕੇ ਉਹ ਫਾਰਮ ਡਾਊਨਲੋਡ ਹੋ ਜੂਗਾ ਜਿਹਨੂੰ ETA ਫਾਰਮ ਕਹਿੰਦੇ ਨੇ ਠੀਕ ਆ ਜਿਵੇਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ETA ਫਾਰਮ ਦੀ ਬਹੁਤ ਲੋੜ ਆ ਉਹ ETA ਫਾਰਮ ਦੇ ਉੱਤੇ ਲਿਖਿਆ ਜਾਂਦਾ ਲਿਖਿਆ ਹੁੰਦਾ ਕਿ ਤੁਸੀਂ ਆਹ ਚੀਜ਼ਾਂ ਨਾਲ ਲਿਜਾ ਸਕਦੇ ਹੋ ਇਹ ਚੀਜ਼ਾਂ ਨਾਲ ਨਹੀਂ ਲਿਜਾ ਸਕਦੇ ਠੀਕ ਆ ਕਿੰਨੇ ਪੈਸੇ ਲੈ ਕੇ ਜਾ ਸਕਦੇ ਹੋ ਬਾਕੀ ਉਹਦੇ ਉੱਤੇ ਲਿਖਿਆ ਵੀ ਹੁੰਦਾ ਕਿ ਤੁਸੀਂ ਕਰਤਾਰਪੁਰ ਸਾਹਿਬ ਜਾਣ ਵਾਸਤੇ ਐਲੀਜੀਬਲ ਹੋ ਤੁਹਾਡੀ ਟਿਕਟ ਕਨਫਰਮ ਹੋ ਗਈ ਹੈ ਠੀਕ ਆ ਦੂਜੀ ਗੱਲ ਇਹ ਆ ਉਸ ਤੋਂ ਬਾਅਦ ਫਿਰ ਹੋਰ ਤੁਹਾਡਾ ਕੀ ਚਾਹੀਦਾ ਹੁੰਦਾ ਜਿਹੜੇ ਤੁਸੀਂ ਤੁਹਾਡੇ ਦੋ ਡੋਜ਼ ਲੱਗੀਆਂ ਨੇ ਨਾ ਕਰੋਨੇ ਦੀਆਂ ਕਰੋਨੇ ਦੇ ਜਿਹੜੇ 2 ਟੀਕੇ ਲੱਗੇ ਨੇ ਉਹਨਾਂ ਦੀ ਜਿਹੜੀ ਫਾਈਨਲ ਰਿਪੋਰਟ ਹੁੰਦੀ ਆ ਉਹ ਆਰੋਗਿਆ ਸੇਤੂ ਐਪਲੀਕੇਸ਼ਨ ਆ ਉੱਥੇ ਆਪਦਾ ਫੋਨ ਨੰਬਰ ਭਰੋ ਜਾਂ ਆਧਾਰ ਕਾਰਡ ਨੰਬਰ ਭਰੋ ਉੱਥੋਂ ਡਾਊਨਲੋਡ ਹੋ ਜਾਂਦੀ ਆ ਇੱਕ ਉਹਦੀ ਫੋਟੋ ਕਾਪੀ ਲੱਗਦੀ ਆ ਇੱਕ ਤੁਹਾਡਾ ਆਧਾਰ ਕਾਰਡ ਦੀ ਫੋਟੋ ਕਾਪੀ ਤੁਹਾਨੂੰ ਚਾਹੀਦੀ ਹੋਊਗੀ ਜਦੋਂ ਆਪਾਂ ਕਰਤਾਰ ਹਾਂ ਦੂਜੀ ਗੱਲ ਇਹ ਦੱਸ ਦਾਂ ਕਿ ਬਹੁਤ ਲੋਕਾਂ ਦੇ ਕਮੈਂਟ ਆ ਕਿ ਰਹਿਣ ਵਾਸਤੇ ਕੀ ਹਿਸਾਬ ਦਾ ਵਾ ਪਾਕਿਸਤਾਨ ਤੁਸੀਂ ਰਹਿ ਨਹੀਂ ਸਕਦੇ ਕਿਉਂਕਿ ਉਹ ਤੁਹਾਡਾ ਵੀਜ਼ਾ ਨਹੀਂ ਮਿਲਦਾ ਵੈਸੇ ਇੱਕ ਐਂਟਰੀ ਵਾਸਤੇ ਤੁਹਾਨੂੰ ਉਹ ਪ੍ਰੋਸੀਜਰ ਹੁੰਦਾ ਸਵੇਰੇ ਜਾਓਗੇ 8 ਵਜੇ ਸ਼ਾਮ ਨੂੰ 4 ਵਜੇ ਵਾਪਸ ਮੁੜਨਾ ਪੈਂਦਾ ਠੀਕ ਆ ਜੀ ਅਤੇ ਰਹਿਣ ਵਾਸਤੇ ਜਾਂ ਤੁਸੀਂ ਅੰਮ੍ਰਿਤਸਰ ਸਾਹਿਬ ਰਹਿ ਸਕਦੇ ਹੋ ਅੰਮ੍ਰਿਤਸਰ ਰਹੋਗੇ ਤਾਂ ਅੰਮ੍ਰਿਤਸਰ ਤੋਂ 52 ਕਿਲੋਮੀਟਰ ਪੈਂਦਾ ਜੀ ਆਪਣੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਅੱਗੇ 5-4 ਕਿਲੋਮੀਟਰ ਕਰਤਾਰਪੁਰ ਕੋਰੀਡੋਰ ਆ ਪਾਕਿਸਤਾਨ ਦਾ ਬਾਰਡਰ ਆ ਉਹ ਤੁਸੀਂ ਕਲੀਅਰ ਕਰੋਗੇ ਨਹੀਂ ਤੁਸੀਂ ਕੀ ਕਰੋ ਰਾਤ ਨੂੰ ਡੇਰਾ ਬਾਬਾ ਨਾਨਕ ਆ ਜਾਓ ਡੇਰਾ ਬਾਬਾ ਨਾਨਕ ਅੱਗੇ ਤੁਸੀਂ ਸਿੱਧੇ ਆ ਛੇਤੀ ਜਾ ਸਕਦੇ ਹੋ ਡੇਰਾ ਬਾਬਾ ਨਾਨਕ ਤੋਂ 5-4 ਕਿਲੋਮੀਟਰ ਹੀ ਆ ਸਾਰਾ ਡੇਰਾ ਬਾਬਾ ਨਾਨਕ ਦੇ ਵਿੱਚ ਰਹਿਣ ਦਾ ਪ੍ਰਬੰਧ ਹੈਗਾ ਏਸੀ ਵਾਲੇ ਕਮਰੇ 500 ਦੇ ਨੇ ਨੌਨ ਏਸੀ ਵਾਲੇ ਕਮਰੇ 200 ਰੁਪਏ ਦੇ ਨੇ ਇਹ ਵੀ ਨਹੀਂ ਹੈਗਾ ਵੀ ਹਜ਼ਾਰਾਂ ਦੇ ਵਿੱਚ ਸੰਗਤ ਪਹੁੰਚ ਗਏ ਤਾਂ ਉੱਥੇ ਅਰੇਂਜਮੈਂਟ ਆ ਪਰ ਹਾਂ 1000 ਦੇ ਨੇੜੇ ਤੇੜੇ ਬੰਦਾ ਉਹ ਉੱਠ ਸਕਦੇ ਨੇ ਕਮਰੇ ਵੱਡੇ ਬਣੇ ਹੋਏ ਨੇ 4-4, 5-5 ਬੈੱਡ ਲੱਗੇ ਹੋਏ ਨੇ ਠੀਕ ਹੈ ਜੀ ਡੇਰਾ ਬਾਬਾ ਨਾਨਕ ਤੋਂ ਤੁਸੀਂ ਰਾਤ ਕੱਟ ਕੇ ਅੱਗੇ ਕਰਤਾਰਪੁਰ ਕੋਰੀਡੋਰ ਜਾਓਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਚੈੱਕ ਪੋਸਟ ਆਉਂਦੀ ਹੈ ਨਾ ਉਹ ਚੈੱਕ ਪੋਸਟ ਉੱਤੇ ਤੁਹਾਡਾ ETA ਫਾਰਮ ਚੈੱਕ ਕੀਤਾ ਜਾਂਦਾ ETA ਫਾਰਮ ਉਹੀ ਆ ਜਿਹਦੇ ਉੱਤੇ ਲਿਖਿਆ ਜਾਂਦਾ ਕਿ ਤੁਸੀਂ ਪਾਕਿਸਤਾਨ ਜਾਣ ਵਾਸਤੇ ਐਲੀਜੀਬਲ ਹੈਗੇ ਹੋ ETA ਫਾਰਮ ਤੋਂ ਬਾਅਦ ਫਿਰ ਤੁਹਾਡਾ ਉੱਥੇ ਆਧਾਰ ਕਾਰਡ ਚੈੱਕ ਹੋਊਗਾ ਕਿਉਂਕਿ ਉਹ ਇੰਡੀਆ ਵਾਲੇ ਚੈੱਕ ਕਰ ਰਹੇ ਤਾਂ ਆਧਾਰ ਕਾਰਡ ਚੈੱਕ ਹੋਊਗਾ ETA ਫਾਰਮ ਨਾਲ ਆਧਾਰ ਕਾਰਡ ਤੁਹਾਡੇ ਮੋਟਰਸਾਈਕਲ ਦੀ ਤੁਹਾਡੀ ਗੱਡੀ ਦੀ ਉੱਥੇ ਇਨਫੋਰਮੇਸ਼ਨ ਸਾਰੀ ਲਿਖੀ ਜਾਊਗੀ ਉਸ ਤੋਂ ਬਾਅਦ ਗੱਡੀ ਦੀ ਪਾਰਕਿੰਗ ਦੇ 50 ਰੁਪਏ ਲੱਗਦੇ ਨੇ ਮੋਟਰਸਾਈਕਲ ਦੀ ਪਾਰਕਿੰਗ ਦੇ 20 ਰੁਪਏ
एंटर कर जाने इंडिया की इमीग्रेशन के। जो इंडिया की इमीग्रेशन के आओगे थोड़ा सारा समान चैक होगा, इलैक्ट्रॉनिक गजट वगैरह सारा कुछ ए टू जैड समान थोड़ा जिम्मे एयरपोर्ट से चैक होंगे उमें चैक होगा। पोलियो के ड्रॉप्स पाए जाएंगे, उत्थे SBI बैंक भी बनया हुआ, काउंटर भी बनया हुआ जिते तुम डॉलर चेंज करवा सकते हो। हूँ जमें असं सवेरे सवेरे 8 बजे गए थे बैंक वाले हजे आए नहीं, वो फिर वो काम होगा कि थोड़ा वेट करनी पेगी। तो सब तो वधिया गल यही है कि तुम या तो डॉलर आपके पंजाब चो चेंज करवा के लेके जाओ इधरों आपके घर को, कि तो वैसन यूनियन तो डॉलर एक्सचेंज करवा के लेके जाओ, $20 टिकट लगती है जी, ठीक है। नहीं उत्थे चेंज कराओगे उत्थे कई बार होंगे ने, कई बार नहीं होंगे, सोनू वेट करनी पै सकती है। उस बार फिर सोनू वो लै जाएंगे, जो इमीग्रेशन थोड़ी इंडिया की क्लीयर होगी फिर सोनू लैके जाएंगे वो पाकिस्तान की इमीग्रेशन को, ठीक है जी, बॉर्डर क्रॉस करके अगे पाकिस्तान लैन आवे। वो वीडियो के सारा दिखाया हो, मैं सोनू जस्ट इनफॉर्मेशन दे रहा शॉर्ट के, जो पाकिस्तान की इमीग्रेशन के कोल पहुँच गए तो उत्थे सब थोड़ा सारा समान चैक होगा दोबारे ए टू जैड, उत्थे थोड़ा पासपोर्ट देखा जाऊगा, पासपोर्ट के नाल थोड़ी कौन रिपोर्ट चैक होगी, एक ETA फार्म चैक होगा, एक थोड़ा चैक होगा जी नैगेटिव रिपोर्ट। नैगेटिव रिपोर्ट का दी भी तुम सोनू करवाना तो नहीं है, वो 72 घंटे वाली रिपोर्ट होंगी है, आपके शहर चो करवा सकते हो एक दिन पहला, या फिर जो डेरा बाबा नानक गुरद्वारा साहब बनया हुआ वो पिछले पास हॉस्पिटल बनया हुआ सरकारी, उस हॉस्पिटल के रिपोर्ट करवा लो, वो रिपोर्ट थोड़ी उत्थे चल जूगी, ठीक है। उन्होंने फिर रिपोर्ट थोड़ी चैक करके थोड़ा अगे भेज देना, अगे जो छड के आओगे तो उत्थे पाकिस्तान वाले बैठे होंगे, ठीक है। उत्थे तुसी करंसी आपकी एक्सचेंज भी करवा सकते हो, $20 टिकट लगती है जी, $20 भी चेंज करवा सकते हो। उत्थे खर्चन वास्ते भी तुसी आपके डॉलर जे तुसी सारे इतों लैके जाते हो फिर तो उत्थे पाकिस्तान रुपए लै लो, नहीं तो उत्थों इंडियन करंसी दो, $20 सानू वो देणगे, $20 की तुसी उत्थे टिकट दो, ठीक है। तो उस तो बाद जो अगे तुम्हारे को पैसे है इंडियन करंसी उन्होंने तुम पाकिस्तान एक्सचेंज करा के उसे बाजार च वरत सकते हो, जे आपके पिंड चो डॉलर लैके गए हो तो डॉलर के उत्थे एक्सचेंज करा के पाकिस्तानी करंसी तुसी वरत सकते हो। बाजार दे विच इंडियन करंसी दे डॉलर अमाउंट डॉलर नहीं चलते, उत्थे सानू बकायदा दस्या भी जाऊगा भी इलीगल आ, जे कोई फड़ा जांदा तां उहदे उत्ते कारवाई होगी, नहीं 2 नंबर दे विच उत्थे सारा कुछ चलता, ठीक है। वैसे ही पाकिस्तान वाले भी मंग लैंदे हुंदे ने चोरी छुपे भी दे दो इंडियन पैसे असीं चला दांगे कोई तां, इहदा इही है कि वो सारा काम 2 नंबर दा, सवेरे 8 बजे एंट्री आ, शाम नू 4 बजे तक वापसी हुंदी आ, ठीक है जी। यही आ सारा उतला उतला हिसाब किताब। मैं एक दो कमेंट देख ला है ना, काफ़ी लोगों के मैंने कमेंट आए थे वीडियो के उत्ते कि भी की हिसाब किताब वा, तो वो कमेंट के नाल जे कोई इनफॉर्मेशन थोड़ी मिलती जुलती मैं दे सकता तो थोनू दे दूंगा, नहीं ए टू जैड थोनू मैं इनफॉर्मेशन दसती, ठीक है। पासपोर्ट ते मोहर वाला चक्कर आ, पासपोर्ट ते मोहर नहीं लगती, ठीक है। एक मिनट खड़ जो, असी बहुत डिटेल वीडियो बनाई दी है। हाँ देखो आ देखो पहले कमेंट के लिखा हुआ वीर जी इतने दुकाना तो इंडियन करंसी चलती है, इंडियन करंसी इतने नहीं चलती जी, ये चलाओगे तो थोड़ा 2 नंबर के मनी जाऊगी, ठीक है जी। तो 2 नंबर के फिर काम वो कहें भी जे असी फड़ लें तो असं आपकी कार्रवाई करा, ठीक है। इस करके इंडियन करंसी उत्थे नहीं चलती, तो 2 नंबर से चलाओगे चल गई चल गई, ठीक है। तो एक मिनट खड़ जाओ, असीं तां आपदे वल्लों पूरी जानकारी देने की कोशिश की आ, तो फिर भी कई बार कोई चीज़ां रह जांदियां ने, सानूं हुंदा भी डिटेल वीडियो ना बनी होए, है ना। हाँ बाकी एक सच गल होर दसदा कि पाकिस्तान के रेट जिहड़े हैगे ने ना वो पाकिस्तान के बाजार नालों थोड़े जिहे ज़्यादा ने। मान लो कि पाकिस्तान के बाजार के पाकिस्तान के शहर के जिते आप वीज़ा लेके जा सकते हैं 50 रुपए की कोई चीज़ आ, तो जिम्मे अपने भी इतने होंगे कि जिते कोई धार्मिक प्लेस है या कोई मेला लगता या कितने भी उत्थे रेट थोड़ा जहा हाई होंगे, अपने तो बस स्टैंड देख लो 5-10 रुपए चीज़ महंगी मिलती है, उही काम उत्थे आ, ठीक है। पाकिस्तान के बाजार नालों रेट थोड़ा जहा हाई है। किसी कमेंट भी आया कि पाकिस्तान के स्टिंग जी है जी 80 रुपए की आ, बस यही सी जी मेन मेन चीज़। बाकी तो चलो तुम वीडियो, बाकी भाई जब किसी वीडियो बारे कोई भी इनफॉर्मेशन लेनी होंगी है तो सिख ट्रैवलर चैनल के उपर जाके वीडियो नू कंप्लीट देखा करो, असं आपके वालों कोशिश कर देंगे पूरी वीडियो पूरी डिटेल इंटरव्यू सूँ आप इंटरव्यू कहने इनफॉर्मेशन सूँ दे, ठीक है। प्योरी इनफॉर्मेशन दी भी होंगी है, कोई माड़ी मोटी कमी पेशी रह जाती है, है ना, वो तुम कमेंट कर दो, पर नॉर्मल नॉर्मल कमेंट जोड़े है जो वीडियो के आप सारा कुछ ए टू जैड दस्या हो, वीडियो में वो वो शेयर कराया करो, तो वीडियो में पूरी देखा करो, पूरी इनफॉर्मेशन मिल जूगी। हजे भी जो कोई कसर रहेगी तो हूँ इस बाद कमेंट कर दौ, पर कमेंट तो है ना पूरी वीडियो देख के करो जे कोई चीज़ रहेगी, ठीक है। यही सी अज की वीडियो के, कल तो अपना टूर शुरू होना राजस्थान, राजस्थान के कोई भी चीज़ देखनी चाहते हो अलग तो सू
कमेंट मैसेज बॉक्स सिख ट्रैवलर के उत्ते इंस्टाग्राम के उत्ते मैसेज कर सकते हो। ठीक है, उत्थे सानू आपां चीज़ दिखावांगे। बाकी गुरु घर के दर्शन कराने के नाल नाल होर भी कोई पुरानी चीज़ा कोई किले कोई मंदिर जो अलग अलग डिफरेंट जहाँ इतिहास है जिन्हों का चीज़ा है ए टू जैड सू इनफॉर्मेशन राजस्थान की आप देवे 30-35 के नेड़े वीडियो आप राजस्थान ही कटा पूरा महीना लावे उदू बाद फिर अगर गुजरात महाराष्ट्र केरला कर्नाटका बंगलौर चेन्नई हैदराबाद इधर भी आप जावे वीडियो सूँ दिखाते रहेंगे। ठीक है, उदा के लिए इस वीडियो में शेयर कर दो। वाहगुरू जी खालसा वाहगुरू जी की फतेह।